ਹੈਲੋ एवरीवन ਵੈਲਕਮ ਟੂ ਸਟੇ ਸ਼ੋਰਕਟs ਹੇਅਰ ਸਟੱਡੀ ਬਿਕਮਸ ਈਜ਼ੀਅਰ ਤੋ ਮੈਂ ਲੈ ਕੇ ਆਈਆਂ ਥੋੜੀ ਲਿਕ ਨਵੀਂ ਨੋਟੀਫਿਕੇਸ਼ਨ ਜਿਹੜੀ ਕੀ ਹੈਗੀ ਹੈ ਈਟੀਟੀ ਦੇ ਪੋਸਟਾਂ ਲਈ ਜਿਨ੍ਹਾਂ ਨੇ ਈਟੀਟੀ ਦੇ ਪੋਸਟਾਂ ਵਿੱਚ ਭਰਿਆ ਸੀ ਕੁਝ ਵਲੰਟੀਅਰਸ ਜਿਹੜੇ ਸੀਗੇ ਜਾਂ ਐਜੂਕੇਸ਼ਨ ਪ੍ਰੋਵਾਈਡਰ ਸੀਗੇ ਉਹਨਾਂ ਨੂੰ ਇੱਕ ਮੌਕਾ ਦਿੱਤਾ ਗਿਆ ਜਿਗਾ ਕਿ ਉਹ ਈਟੀਟੀ ਦੇ ਇਹ ਪੋਸਟਾਂ ਜਿਹੜੀ 2364 ਪੋਸਟਾਂ ਸੀਗੀਆਂ ਉਹਦੇ ਵਿੱਚ ਭਰ ਸਕਦੇ ਸੀ ਤੇ ਉਹਨਾਂ ਲਈ ਇੱਕ ਬਹੁਤ ਵੱਡਾ ਇਥੇ ਸੋਧ ਪੱਤਰ ਉਹਨਾਂ ਨੇ ਜਾਰੀ ਕੀਤਾ ਹੈ ਜਿਸ ਦੇ ਵਿੱਚ ਬਹੁਤ ਇੰਪੋਰਟੈਂਟ ਨੋਟੀਫਿਕੇਸ਼ਨ ਜਿਹੜੀ ਹੈ ਇਥੇ ਨਿਕਲ ਕੇ ਆਉਂਦੀ ਹੈ ਆਪ ਬਿਨਾ ਲਿਆ ਸੋ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਾਂ ਜਿਨ੍ਹਾਂ ਨੇ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਉਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਨਾਲ ਹੀ ਬੈਲ ਆਈਕਨ ਨੂੰ ਦਬਾ ਲਨ ਤਾਂ ਕਿ ਆਉਣ ਵਾਲੀ ਸਾਰੀ ਲੇਟੈਸਟ ਇਨਫੋਰਮੇਸ਼ਨ ਤੁਹਾਡੇ ਤੱਕ ਕਿਸੇ ਤਰ੍ਹਾਂ ਟਾਈਮ ਸਿਰ ਪਹੁੰਚ ਸਕੇ ਤਾਂ ਆਪਾਂ ਪੜਦੇ ਆਂ ਦੇਖੋ ਸੋਧ ਪੱਤਰ ਇਹਦੇ ਵਿੱਚ ਲਿਖਿਆ ਹੋਇਆ ਹੈ ਸਿੱਖਿਆ ਭਰਤੀ ਡਾਇਰੈਕਟੋਰੇਟ ਵੱਲੋਂ ਵਿਗਿਆਪਨ ਨੰਬਰ 512020 ਤਾਂ ਕੁਝ ਵਿਗਿਆਪਨ ਨੰਬਰ ਦੇ ਅਕੋਰਡਿੰਗ ਕਹਿੰਦੇ 6302020 ਰਾਹੀਂ ਜਿਹੜੀਆਂ ਪੋਸਟਾਂ ਸਿਗੀਆਂ ਈਟੀਟੀ ਦੀਆਂ ਨੂੰ 664 ਅਤੇ 1000 ਹੋਰ ਈਟੀਟੀ ਇਸ ਉਪਰੰਤ ਸੋਧ ਪੱਤਰ ਅਨੁਸਾਰ 2364 ਪੋਸਟਾਂ ਹੋ ਗਈਆਂ ਅਸੰਤਾ ਇੱਥੇ ਦੇਖੋ ਜਿਹੜਾ ਲਿਖਿਆ ਹੋਇਆ ਹੈ ਇਸ ਪੈਰਾਗ੍ਰਾਫ ਦੇ ਵਿੱਚ ਇੱਥੇ ਤੱਕ ਜੋ ਕੁਝ ਵੀ ਲਿਖਿਆ ਹੋਇਆ ਹੈ ਇਸ ਅਨੁਸਾਰ ਹੈ ਕਿ ਜਿਹੜੇ 6 ਮਾਰਚ 2020 ਨੂੰ 2364 ਪੋਸਟਾਂ ਪਹਿਲਾਂ 16 ਸੋਰੀ 1000 ਪੋਸਟ ਸੀਗੀ ਫਿਰ 1664 ਹੋ ਗਈਆਂ ਸਨ 664 ਪੋਸਟਾਂ ਹੋਰ ਐਡ ਕਰਤੀਆਂ ਸੀ ਫਿਰ 1000 ਹੋਰ ਐਡ ਕਰਕੇ ਤਾਂ ਜਿਹੜਾ ਵੀ ਕੁਝ ਸਾਰਾ ਐਡ ਕਰਨ ਤੋਂ ਬਾਅਦ ਜਿਹੜੇ ਪੋਸਟਾਂ ਸੀਗੀਆਂ ਉਹ 2364 ਹੋ ਗਈਆਂ ਸਨ ਉਸ ਦੇ ਵਿੱਚ ਜਿਹੜਾ ਇਹਨਾਂ ਨੇ ਇੱਕ ਪੁਆਇੰਟ ਹੈਗਾ ਜਿਹੜਾ ਪੁਆਇੰਟ ਹੈ ਕਿ ਲੜੀ ਨੰਬਰ 5 ਵਿੱਚ ਜਿਹੜੀ ਉਮਰ ਸੀਮਾ ਵਾਲਾ ਪੁਆਇੰਟ ਸੀਗਾ ਉਹਦੇ ਵਿੱਚ ਕੋਲਮ uh, ਨੰਬਰ 7 ਜਿਹੜਾ ਹੈਗਾ ਲੜੀ ਨੰਬਰ 7 ਜਿਹੜਾ ਹੈਗਾ ਉੱਥੇ ਹੋਰ ਐਡ ਕਰ ਦਿੱਤਾ ਗਿਆ ਤੇ ਉਹ ਕੀ ਕਹਿੰਦਾ ਹੈ ਲੜੀ ਨੰਬਰ 7 ਦੇ ਵਿੱਚ ਮੇਨ ਇੰਪੋਰਟੈਂਟ ਇਨਫੋਰਮੇਸ਼ਨ ਜਿਹੜੀ ਉਹ ਇਹ ਹੈਗੀ ਹੈ ਕਿ ਇਸ ਅਨੁਸਾਰ ਜਿਹੜੇ ਦੇਖੋ ਅਨੁਸਾਰ ਰਾਜ ਦੇ ਸਿੱਖਿਆ ਵਿਭਾਗ ਵਿੱਚ ਕੰਮ ਕਰ ਰਹੇ ਸਿੱਖਿਆ ਪ੍ਰੋਵਾਈਡਰਸ ਅਤੇ ਐਜੂਕੇਸ਼ਨ ਪ੍ਰੋਵਾਈਡਰ ਐਜੂਕੇਸ਼ਨ ਵਲੰਟੀਅਰ ਈਜੀਐਸ ਵਲੰਟੀਅਰਸ ਏਆਈਈ ਵਲੰਟੀਅਰਸ ਸਪੈਸ਼ਲ ਟ੍ਰੇਨਿੰਗ ਰਿਸੋਰਸਸ ਐਸਟੀਆਰ ਜਿਨ੍ਹਾਂ ਨੂੰ ਕਿਹਾ ਜਾਂਦਾ ਹੈਗਾ ਉਹਨਾਂ ਨੂੰ ਉੱਪਰਲੀ ਸੀਮਾ ਵਿੱਚ ਕੀਤੀ ਗਈ ਸੇਵਾ ਦੇ ਬਰਾਬਰ ਛੋਟ ਦਿੱਤੀ ਜਾਵੇਗੀ ਤੋ ਕਹਿੰਦੇ ਹਨ ਕਿ ਜਿਨ੍ਹਾਂ ਨੇ ਵੀ ਆਪਣੇ ਸੇਵਾ ਨਿਭਾਈ ਹੈਗੀ ਹੈ ਸਰਕਾਰ ਦੇ ਸਰਕਾਰੀ ਸਕੂਲਾਂ ਦੇ ਵਿੱਚ ਜੋ ਐਜ਼ ਆ ਐਜੂਕੇਸ਼ਨ ਪ੍ਰੋਵਾਈਡਰ ਨੇ ਨਿਭਾਈ ਹੈ ਚਾਹੇ ਸਿੱਖਿਆ ਪ੍ਰੋਵਾਈਡਰ ਨੇ ਨਿਭਾਈ ਹੈ ਐਜੂਕੇਸ਼ਨ ਵੋਲੰਟੀਅਰ ਸੀ ایਜੀਐਸ ਵੋਲੰਟੀਅਰ ਸੀ ਏਆਈ ਵੋਲੰਟੀਅਰ ਸੀ ਸਪੈਸ਼ਲ ਟ੍ਰੇਨਿੰਗ ਰਿਸੋਰਸ ਵੋਲੰਟੀਅਰ ਸੀ ਤਾਂ ਉਹਨਾਂ ਨੇ ਜਿੰਨੀ ਵੀ ਆਪਣੀ ਸੇਵਾ ਜੜੀ ਨਿਭਾਈ ਹੈਗੀ ਉਸ ਦੇ ਅਕੋਰਡਿੰਗ ਉਹਨਾਂ ਨੂੰ ਉੱਪਰਲੀ ਸੀਮਾ ਦੇ ਵਿੱਚ ਉਹਨੇ ਸਾਲ ਦੀ ਜੜੀ ਹੈਗੀ ਉੱਥੇ ਛੋਟ ਦਿੱਤੇ ਜਾਵੇਗੇ ਬਹੁਤ ਹੀ ਇੰਪੋਰਟੈਂਟ ਨੋਟੀਫਿਕੇਸ਼ਨ ਹੈਗਾ ਕਿ ਜਿਹੜੇ ਵੀ ਵੋਲੰਟੀਅਰਸ 2364 ਪੋਸਟਾਂ ਵਿੱਚ ਆਪਣਾ ਫਾਰਮ ਜਿਹੜਾ ਭ ਦੀ ਸੇਵਾ ਜਿਹੜੀ ਨਿਭਾਈ ਹੈਗੀ ਆ ਉਨੇ ਦੇ ਬਰਾਬਰ ਉਹਨਾਂ ਨੂੰ ਉੱਪਰਲੀ ਸੀਮਾ ਦੇ ਵਿੱਚ ਛੋੜ ਦਿੱਤੀ ਜਾਊਗੀ ਯਾਨੀ ਕਿ ਜਿਹੜੀ ਉਹਦੀ ਏਜ ਜਿਹੜੀ ਉਹ ਕਾਫੀ ਉੱਪਰ ਹੋ ਚੁੱਕੀ ਸੀ ਤੇ ਜਿਹੜੀ ਪਹਿਲਾਂ ਏਜ ਲਿਮਿਟ ਜਿਹੜੀ ਇਹਨਾਂ 234 ਪੋਸਟਾਂ ਵਿੱਚ ਲਿਖੀ ਹੋਈ ਹੈਗੀ ਆ ਉਸ ਏਜ ਲਿਮਿਟ ਤੋਂ ਉਹਨਾਂ ਦੀ ਏਜ ਜੋ ਹੈ ਉਹ ਬਹੁਤ ਵੱਧ ਜਾਪ ਕਹਿੰਦੇ ਆ ਨਿਕਲ ਗਈ ਸੀ ਉਹ ਏਜ ਤਾਂ ਸੋਚ ਰਹੇ ਸੀ ਵੀ ਅਸੀਂ ਕਿਵੇਂ ਫਿਰ ਇਸ ਕੈਟਾਗਰੀ ਦੇ ਵਿੱਚ ਫਿੱਟ ਆਵਾਂਗੇ ਤਾਂ ਉਹਨਾਂ ਨੇ ਕਿਹਾ ਕਿ ਜਿਹੜੇ ਵੀ ਵਲੰਟੀਅਰਸ ਹੈਗੇ ਨੇ ਉਹਨਾਂ ਨੇ ਜਿੰਨੇ ਸਾਲ ਦੀ ਸੇਵਾ ਨਿਭਾਈ ਹੈ ਉਹਨਾਂ ਨੂੰ ਉਨੇ ਸਾਲ ਦੀ ਸੇਵਾ ਲਈ ਉਨੇ ਸਾਲ ਦੀ ਜਿਹੜੀ ਉੱਪਰ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ ਮੰਨ ਲਓ ਜੇ ਕਿਸੇ ਨੇ ਸਾਲ ਦੀ 2 ਸਾਲ ਦੀ 3 ਸਾਲ ਦੀ ਜਿਵੇਂ ਜਿੰਨੇ ਵੀ ਸਾਲ ਦੀ ਉਹਨਾਂ ਨੇ ਆਪਣੀ ਸੇਵਾ ਨਿਭਾਈ ਹੈ ਉਹਨੇ ਸਾਲ ਦੀ ਉਹਨਾਂ ਨੂੰ ਜਿਹੜੀ ਛੋਟ ਹੈ ਉੱਪਰਲੀ ਸੀਮਾ ਦੇ ਵਿੱਚ ਉੱਪਰਲੀ ਉਮਰ ਸੀਮਾ ਦੇ ਵਿੱਚ ਉਹ ਛੋਟ ਦਿੱਤੀ ਜਾਵੇਗੀ आई होप ਤੁਹਾਨੂੰ ਇਹ ਪੁਆਇੰਟ ਇੱਥੇ ਤੱਕ ਕਲੀਅਰ ਹੈ ਤਾਂ ਆਪਾਂ ਦੇਖਦੇ ਹਾਂ ਇਸ ਤੋਂ ਬਾਅਦ ਉਹਨਾਂ ਨੇ ਦੂਸਰਾ ਪੁਆਇੰਟ ਦੂਸਰੀ ਛੋਟ ਹੋਰ ਕੀ ਦਿੱਤੀ ਹੈ ਇਸ ਤੋਂ ਅੱਗੇ ਜਿਵੇਂ ਦੇਖੋ ਲਿਖਿਆ ਹੋਇਆ ਹੈ ਇਸੇ ਹੀ ਤਰ੍ਹਾਂ ਇਸ ਵਿਗਿਆਪਨ ਦੇ ਲੜੀ ਨੰਬਰ 3 ਦੇ ਚੌਨ ਟੰਗ ਵਾਲੇ ਕਾਲਮ ਵਿੱਚ ਤਾਂ ਜਿਹੜਾ ਲੜੀ ਨੰਬਰ 3 ਹੈਗਾ ਜਿਹੜਾ ਚੌਨ ਟੰਗ ਵਿੱਚ ਜਿਹੜਾ ਦੱਸ ਰਿਹਾ ਹੈਗਾ ਉਹਦੇ ਵਿੱਚ ਉਹਨਾਂ ਨੇ ਪੁਆਇੰਟ ਨੰਬਰ 3 ਜਿਹੜਾ ਹੈਗਾ ਉਹ ਸ਼ਾਮਿਲ ਕੀਤਾ ਤੇ ਉਹ ਪੁਆਇੰਟ ਨੰਬਰ 3 ਕੀ ਕਹਿੰਦਾ ਹੈ ਉਲਕ ਹੈ ਕਿ ਇਸ ਅਨੁਸਾਰ ਰਾਜ ਦੇ ਸਿੱਖਿਆ ਵਿਭਾਗ ਵਿੱਚ ਕੰਮ ਕਰ ਰਹੇ ਸਿੱਖਿਆ ਪ੍ਰੋਵਾਈਡਰ ਦੇਖੋ ਸਾਰੇ ਉਹੀ ਲਿਖੇ ਹੋਏ ਨੇ এডੂਕੇਸ਼ਨ ਪ੍ਰੋਵਾਈਡਰ এডੂਕੇਸ਼ਨ ਵਲੰਟੀਅਰ EGSS ਵਲੰਟੀਅਰਸ AIE ਵਲੰਟੀਅਰਸ ਅਤੇ ਸਪੈਸ਼ਲ ਟ੍ਰੇਨਿੰਗ ਰਿਸੋਰਸ ਵਲੰਟੀਅਰਸ ਤਾਂ ਇਹਨਾਂ ਸਾਰਿਆਂ ਨੂੰ ਕੀਤੀ ਗਈ ਸੇਵਾ ਦੇ ਬਦਲੇ 1 ਸਾਲ ਦਾ 1 ਅੰਕ ਦਿੱਤਾ ਜਾਵੇਗਾ ਅਤੇ ਬਦੋ-ਬਦ 10 ਸਾਲ ਦੇ ਜਿਹੜੇ ਨੰਬਰ ਉਹਨਾਂ ਨੂੰ ਦਿੱਤੇ ਜਾਣਗੇ ਮਤਲਬ ਜੇ ਥੋਨੇ ਕੋਈ ਵੀ ਵਲੰਟੀਅਰ ਸੀਗਾ ਔਰ ਉਸਨੇ ਮੰਨ ਲਓ 4 ਸਾਲ 5 ਸਾਲ ਆਪਣੀ ਸੇਵਾ ਨਿਭਾਈ ਹੈ ਤਾਂ ਜੇ ਕਿਸ ਨੇ 4 ਸਾਲ ਨਿਭਾਈ ਹੈ ਤਾਂ ਉਹਨਾਂ ਨੂੰ 4 ਸਾਲ ਯਾਨੀ ਕਿ 4 ਨੰਬਰ ਉਹਨਾਂ ਨੂੰ ਉਹ ਐਕਸਟਰਾ ਮਿਲਣਗੇ ਜੇ ਕਿਸੇ ਨੇ 5 ਸਾਲ ਸੇਵਾ ਨਹੀਂ ਬਈ ਹੈ ਤਾਂ 5 ਨੰਬਰ ਉਹਨਾਂ ਨੂੰ ਐਕਸਟਰਾ ਮਿਲਣਗੇ ਇਸੇ ਤਰ੍ਹਾਂ ਵੱਧ ਤੋਂ ਵੱਧ ਉਹਨਾਂ ਨੂੰ 10 ਨੰਬਰ ਜਿਹੜੇ ਹੈਗੀਆਂ ਉਹ ਐਕਸਟਰਾ ਮਿਲ ਸਕਦੇ ਹਨ ਫੋਰ ਏਗਜ਼ਾਮਪਲ ਅਗਰ ਕਿਸੇ ਨੇ ਮੈਂ ਤੁਹਾਨੂੰ ਦੱਸ ਦਵਾਂ ਕਿ ਜੇ ਕਿਸੇ ਨੇ ਮੰਨ ਲਓ 10 ਸਾਲ ਸੇਵਾ ਨਿਭਾਈ ਹੈ ਤਾਂ ਉਹਨਾਂ ਨੂੰ ਉਸ ਦੇ ਬਦਲੇ 10 ਨੰਬਰ ਜਿਹੜੇ ਹੈਗੇ ਆ ਉੱਥੇ ਮਿਲਣਗੇ ਤੇ ਪਰ ਜੇ ਕਿਸੇ ਨੇ 11 ਸਾਲ ਸੇਵਾ ਨਿਭਾਈ ਹੈ ਤਾਂ ਵੱਤੋ ਵੱਤ ਕਿਉਂਕਿ ਸਿਰਫ 10 ਨੰਬਰ ਹੀ ਮਿਲ ਸਕਦੇ ਨੇ ਤਾਂ ਉਹਨਾਂ ਨੂੰ 10 ਨੰਬਰ ਉੱਥੇ ਮਿਲਣਗੇ ਤਾਂ ਇਸ ਤਰ੍ਹਾਂ ਜਿਨ੍ਹਾਂ ਨੇ ਵੀ ਜਿਹੜੇ ਵੀ ਪ੍ਰੋਵਾਈਡ ਸਿੱਖਿਆ ਪ੍ਰੋਵਾਈਡਰਸ ਹੈ ਵਲੰਟੀਅਰਸ ਹੈਗੇ ਆ ਉਹਨਾਂ ਨੇ ਜਿੰਨੇ ਵੀ ਸਾਲ ਦੀ ਸੇਵਾ ਨਿਭਾਈ ਹੈ ਉਹਨਾਂ ਨੂੰ ਐਕਸਟਰਾ ਤੋਂ ਨੰਬਰ ਜਿਹੜੇ ਹੈ ਜਿੰਨੇ ਸਾਲ ਦੀ ਸੇਵਾ ਓਨੇ ਸਾਲ ਐਕਸਟਰਾ ਨੰਬਰ ਜਿਹੜੇ ਆ ਉਹਨਾਂ ਨੂੰ ਉੱਥੇ ਮਿਲਣਗੇ ਉਹਨਾਂ ਦੀ ਸੇਵਾ ਦੇ ਬਰਾਬਰ ਦੀ ਜਿਹੜੀ ਉਹਨਾਂ ਨੂੰ ਛੋੜ ਦਿੱਤੀ ਗਈ ਹੈ ਦੇਖੋ ਪਹਿਲਾਂ ਉਹਨਾਂ ਲਈ ਜਿਹੜਾ ਟੈਟ 1 ਹੈਗਾ ਜੋ ਟੈਟ ਪੀਐਸ ਟੈਟ ਜਿਹੜਾ ਸੀਗਾ ਉਸ ਦੀ ਛੋਟ ਦਿੱਤੀ ਗਈ ਸੀ ਕਿ ਉਹਨਾਂ ਨੂੰ ਪੀਐਸ ਟੈਟ ਦੇਣ ਦੀ ਜ਼ਰੂਰਤ ਨਹੀਂ ਹੈਗੀ ਜਿਨ੍ਹਾਂ ਨੇ ਵੀ ਅਗਸਤ 2010 ਤੋਂ ਪਹਿਲਾਂ ਬੀਐਡ ਜਾਂ ਈਟੀਟੀ ਕੀਤੀ ਹੋਈ ਹੈ ਉਹਨਾਂ ਨੂੰ ਟੈਟ ਦੇਣ ਦੀ ਜ਼ਰੂਰਤ ਨਹੀਂ ਸੀਗੀ ਉਹ ਸਿੱਧਾ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਸੀ ਹੁਣ ਉਹਨਾਂ ਨੂੰ ਇੱਕ ਹੋਰ ਵੱਡੀ ਰਾਹ ਦਿੱਤੀ ਹੈਗੀ ਹੈ ਕਿ ਜਿਹੜੇ ਸਿੱਖਿਆ ਪ੍ਰੋਵਾਈਡਰਸ ਜਾਂ ਵਲੰਟੀਅਰਸ ਹੈਗੇ ਨੇ ਉਹਨਾਂ ਨੇ ਜਿੰਨੇ ਸਾਲ ਦੀ ਸੇਵਾ ਨਿਭਾਈ ਹੈ ਉਹਦੇ ਬਰਾਬਰ ਉਹਨਾਂ ਨੂੰ ਉੱਪਰਲੀ ਉਮਰ ਸੀਮਾ ਵਿੱਚ ਛੋੜ ਦਿੱਤੀ ਜਾਵੇਗੀ ਅਤੇ ਉਹਨਾਂ ਛੋਟ ਹੋਰ ਦਿੱਤੀ ਗਈ ਹੈ ਕਿ ਉਹਨਾਂ ਨੇ ਜਿੰਨੇ ਸਾਲ ਦੀ ਸੇਵਾ ਨਿਭਾਈ ਹੈ ਇੱਕ ਸਾਲ ਦੇ ਬਰਾਬਰ ਇੱਕ ਅੰਕ ਤੇ ਵੱਧ ਤੋਂ ਵੱਧ 10 ਅੰਕ ਜਿਹੜੇ ਉਹਨਾਂ ਨੂੰ ਇੱਥੇ ਐਕਸਟਰਾ ਤੋਂ ਦਿੱਤੇ ਜਾਣਗੇ ਤੇ ਉੱਤੇ ਇੱਕ ਹੋਰ ਬਹੁਤ ਵੱਡਾ ਪੁਆਇੰਟ ਜਿਹੜਾ ਹੈਗਾ ਤੀਸਰੀ ਵੀਡੀਓ ਦੀ ਨਵੀਂ ਇਨਫੋਰਮੇਸ਼ਨ ਇਹਦੇ ਵਿੱਚੋਂ ਨਿਕਲ ਕੇ ਆ ਰਹੀ ਹੈ ਅੱਜ ਦੀ ਕੋਈ ਇੰਪੋਰਟੈਂਟ ਹੋਰ ਤੀਸਰੀ ਵੱਡੀ ਇਨਫੋਰਮੇਸ਼ਨ ਇਹ ਹੈਗੀ ਹੈ ਕਿ ਉਪਰੋਕਤ ਤੋਂ ਇਲਾਵਾ ਇਸ ਭਰਤੀ ਵਿੱਚ ਰਿਜ਼ਰਵੇਸ਼ਨ ਗਵਰਨਮੈਂਟ ਆਫ ਪੰਜਾਬ ਡਿਪਾਰਟਮੈਂਟ ਆਫ ਸੋਸ਼ਲ ਸੈਕਿਉਰਿਟੀ ਊਮਨ ਐਂਡ ਚਾਈਲਡ ਡਿਵੈਲਪਮੈਂਟ ਸੋਸ਼ਲ ਸੈਕਿਉਰਿਟੀ ਬ੍ਰਾਂਚ ਨੋਟੀਫਿਕੇਸ਼ਨ ਦਾ 21 ਅਕਤੂਬਰ 2020 ਦਾ ਗਜ਼ਟ ਨੋਟੀਫਿਕੇਸ਼ਨ ਅਨੁਸਾਰ ਹੋਵੇਗੀ ਤੇ ਇੱਥੇ ਲਿਖਿਆ ਹੈ ਕਿ ਜੋ ਰਿਜ਼ਰਵੇਸ਼ਨ ਹੈ ਉਹ 21 ਅਕਤੂਬਰ 2020 ਦੇ ਗਜ਼ਟ ਨੋਟੀਫਿਕੇਸ਼ਨ ਅਨੁਸਾਰ ਇਹ ਰਿਜ਼ਰਵੇਸ਼ਨ ਇਹਦੇ ਵਿੱਚ ਇਹਨਾਂ ਪੋਸਟਾਂ ਦੇ ਵਿੱਚ ਰਹੇਗੀ ਤੇ ਇਹ ਸੀ ਅੱਜ ਦੀ ਤੀਸਰੀ ਸਭ ਤੋਂ ਵੱਡੀ ਇਨਫੋਰਮ ਉਹ ਜਿਹੜੀ ਇੰਪੋਰਟੈਂਟ ਨੋਟੀਫਿਕੇਸ਼ਨ ਜੜੀ ਰਹੀ ਹੈ ਉਹ ਇਹ ਪਹਿਲੀ ਰਹੀ ਹੈ ਆਪਣੇ ਪਾਸ ਕਿ ਉਹਨਾਂ ਨੂੰ ਜਿਹੜੇ ਵਲੰਟੀਅਰਸ ਹੈਗੇ ਆ ਜੋ ਸਿੱਖਿਆ ਪ੍ਰੋਵਾਈਡਰਸ ਹੈਗੇ ਆ ਉਹਨਾਂ ਨੇ ਜਿੰਨੇ ਸਾਲ ਦੀ ਸੇਵਾ ਨਿਭਾਈ ਹੈ 19 ਸਾਲ ਉਹਨਾਂ ਨੂੰ ਉੱਪਰਲੀ ਉਮਰ ਸੀਮਾ ਵਿੱਚ ਛੋਟ ਦਿੱਤੀ ਜਾਵੇਗੀ ਇਹ ਸੀਗੀ ਅੱਜ ਦੀ ਪਹਿਲੀ ਵੱਡੀ ਖਬਰ ਦੂਸਰੀ ਇੱਥੋਂ ਦੀ ਵੱਡੀ ਖਬਰ ਜਿਹੜੀ ਉਹ ਨਿਕਲ ਕੇ ਆ ਰਹੀ ਸੀ ਕਿ ਜਿੰਨੇ ਵੀ ਸਿੱਖਿਆ ਪ੍ਰੋਵਾਈਡਰਸ ਵਲੰਟੀਅਰਸ ਜਿਹੜੇ ਸੇਵਾ ਨਿਭਾ ਰਹੇ ਹਨ ਤਾਂ ਉਹਨਾਂ ਨੂੰ ਉਹਨਾਂ ਦੇ ਦਿੱਤੀ ਸੇਵਾ ਬਦਲੇ 1 ਸਾਲ ਦਾ ਇੱਕ ਅੰਕ ਅਤੇ ਵੱਧ ਤੋਂ ਵੱਧ 10 ਨੰਬਰ ਜਿਹੜੇ ਹੈਗੇ ਆ ਉਹ ਉਹਨਾਂ ਨੂੰ ਐਕਸਟਰਾ ਤੋਂ ਦਿੱਤੇ ਜਾਣਗੇ ਤੇ ਤ ਇਨਫੋਰਮੇਸ਼ਨ ਉਹ ਇਹ ਹੈਗੀ ਹੈ ਕਿ ਜਿਹੜੀ ਰਿਜ਼ਰਵੇਸ਼ਨ ਇਹਨਾਂ ਪੋਸਟਾਂ ਲਈ ਰਹੇਗੀ ਉਹ 21 ਅਕਤੂਬਰ 2020 ਨੂੰ ਜਾਰੀ ਕੀਤਾ ਗਿਆ ਗਜ਼ਟ ਨੋਟੀਫਿਕੇਸ਼ਨ ਦੇ ਅਨੁਸਾਰ ਰਹੇਗੀ ਤਾਂ ਆਈ ਹੋਪ ਤੁਹਾਨੂੰ ਤਿੰਨੇ ਹੀ ਜਿਹੜੀ ਅੱਜ ਦੀ ਇੰਪੋਰਟੈਂਟ ਇਨਫੋਰਮੇਸ਼ਨਸ ਹੈ ਉਹ ਚੰਗੀ ਤਰ੍ਹਾਂ ਸਮਝ ਆਈਆਂ ਹੋਣਗੀਆਂ ਤੇ ਜਿੰਨੇ ਵੀ ਤੁਸੀਂ ਦੇ ਸਕਦੇ ਹੋ ਇਹ ਨੋਟੀਫਿਕੇਸ਼ਨ ਜਿਹੜੀ ਹੈਗੀ ਉਹ 11 11 2020 ਨੂੰ ਜਾਰੀ ਕੀਤਾ ਗਿਆ ਸੀਗਾ ਤੇ ਹੁਣ ਇਹ ਜੋ ਲੈਟਰ ਹੈਗਾ ਆਫੀਸ਼ੀਅਲ ਸਾਈਟ ਤੇ ਸ਼ੋ ਹੋ ਰਿਹਾ ਹੈ ਤੇ ਮੈਂ ਤੁਹਾਨੂੰ ਦੱਸ ਦਵਾ ਇਸ ਦੀ ਆਫੀਸ਼ੀਅਲ ਸਾਈਟ ਜਿੱਥੇ ਸ਼ੋ ਹੋ ਰਿਹਾ ਹੈ ਉਹ ਹੈ ਐਜੂਕੇਸ਼ਨ ਰਿਕਰੂਟਮੈਂਟ ਬੋਰਡ.com ਤਾਂ ਐਜੂਕੇ ਨੂੰ ਦੇਖ ਸਕਦੇ ਹੋ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਇਸ ਨੂੰ ਲਾਈਕ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜਿਹੜੇ ਵੀ ਜ਼ਰੂਰਤਮੰਦ ਹੈਗੇ ਨੇ ਇੰਜੀਨੀਅਰ ਵੀ ਸਿੱਖਿਆ ਪ੍ਰੋਵਾਈਡਰਸ ਹੈਗੇ ਨੇ ਲਈ ਇਹ ਇਨਫੋਰਮੇਸ਼ਨ ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਹੈ ਤਾਂ ਪਲੀਜ਼ ਉਹਨਾਂ ਨਾਲ ਸ਼ੇਅਰ ਕਰੋ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀ ਸਭੀ ਲੇਟੈਸਟ ਇਨਫੋਰਮੇਸ਼ਨ ਤੁਹਾਨੂੰ ਇਸੇ ਤਰ੍ਹਾਂ ਟਾਈਮ ਸਿਰ ਮਿਲ ਸਕੇ ਥੈਂਕ ਯੂ